आपां शुरू करते हाँ कल दे टेस्ट दे उत्ते विचार चर्चा। जिहड़ा पहला प्रश्न आया सीगा उस दे विच किसी सूची एक ते सूची दो उन्हां दा मिलान करना सीगा, ते अजिहे प्रश्नां दे अंदर उत्तरां दे विच अगर आपां दो भी घट तो घट दो अगर आपां सही उत्तर नप लैने हाँ ਤਾਂ ਆਪਣਾ ਉੱਤਰ ਸਹੀ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੋ ਜਾਂਦੀ ਹੈ। ਜਿਵੇਂ ਕਿ ਤੌਹੀਦ ਹੈ, ਤੌਹੀਦ ਦੇ ਬਾਰੇ ਆਪਾਂ ਨੂੰ ਪਤਾ ਹੀ ਹੈ ਕਿ ਤੌਹੀਦ ਦਾ ਜਿਹੜਾ ਅਰਥ ਹੈ ਉਹ ਰੱਬੀ ਏਕਤਾ ਬਣਦਾ ਹੈ ਬਈ, ਤੇ ਜਿਸ ਨੂੰ ਆ ਪਤਾ ਸੀ ਇਸ ਇੱਕ ਆਪਸ਼ਨ ਦੇ ਨਾਲ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹਦਾ ਡੀ ਆਪਸ਼ਨ ਸਹੀ ਹੋ ਜਾਵੇਗਾ। ਜਿਸ ਨੂੰ ਆ ਪਤਾ ਸੀਗਾ ਉਸ ਨੂੰ ਤਾਂ ਕੋਈ ਦਿੱਕਤ ਹੀ ਨਹੀਂ ਆਈ। ਅਗਰ ਮੰਨ ਲੈਂਦੇ ਹਾਂ ਇਸ ਆ ਆਪਾਂ ਨੂੰ ਨਹੀਂ ਆਉਂਦਾ, ਆਪਾਂ ਉਸ ਤੋਂ ਅਗਲੇ 'ਤੇ ਵਿਚਾਰ ਕਰਾਂਗੇ। ਇਨਸਾਨ ਦੇਖੋ ਅਸ਼ਬਦ ਲਿਖਿਆ ਇਨਸਾਨ ਉਲ ਕਾਮਲ, ਮਤਲਬ ਕਾਮਲ ਇਨਸਾਨ, ਇਹਦਾ ਅਰਥ ਹੈ ਪੂਰਨ ਮਾਨਵ। ਜੇ ਆ ਵੀ ਆਪਾਂ ਨੂੰ ਨਹੀਂ ਆਉਂਦਾ ਸੀ ਉਸ ਤੋਂ ਅੱਗੇ ਆਪਾਂ ਤਰੀਕਤ ਹੈ ਜਿਹੜਾ ਉਸ ਤੋਂ ਸਾਰੇ ਹੀ ਆਪਾਂ ਜਾਣੂ ਹੈ ਕਿ ਤਰੀਕਤ ਹੈ ਉਹ ਅਧਿਆਤਮਕ ਵਿਕਾਸ ਦਾ ਪੜਾਅ ਹੈ। ਤਰੀਕਤ ਅਧਿਆਤਮਕ ਵਿਕਾਸ ਦਾ ਪੜਾਅ ਹੈ। ਆ ਕੀ ਹੈ? ਇੱਕ ਹੈ ਬਈ, ਸੀ ਦਾ ਉੱਤਰ ਇੱਕ ਹੈ, ਪਰ ਇਸ ਨਾਲ ਆਪਾਂ ਸੀ ਹੋ ਡੀ ਇਹਨਾਂ ਦੋਹਾਂ ਦੇ ਵਿੱਚ ਫਿਰ ਆਪਣਾ ਰਹਿੰਦਾ ਬਈ ਇਹਨਾਂ ਦੋਨਾਂ 'ਚੋਂ ਕਿਹੜਾ ਸਹੀ ਹੋਵੇਗਾ। ਔਰ ਇਸਲਾਮ ਹੈ ਉਹ ਕੁਰਾਨ ਸ਼ਰੀਫ ਨਾਲ ਸੰਬੰਧਿਤ ਹੈ, ਤਾਂ ਇਸ ਤਰੀਕੇ ਨਾਲ ਆਪਾਂ ਆਸਾਨੀ ਨਾਲ ਇਹ ਪ੍ਰਸ਼ਨ ਕਰ ਸਕਦੇ ਸੀ। ਉਸ ਤੋਂ ਬਾਅਦ ਜੇ ਦੂਜੇ ਪ੍ਰਸ਼ਨ ਦੀ ਗੱਲ ਕਰੀਏ ਕਿਹੜਾ ਜੁੱਟ ਸਹੀ ਨਹੀਂ ਹੈ, ਇਹ ਵੀ ਸਰਲ ਪ੍ਰਸ਼ਨ ਸੀ ਬਾਈ। ਔਰ ਇਹਦੇ ਵਿੱਚ ਦੇ ਬਾਬਾ ਫਰੀਦ ਦਾ ਸਮਾਂ ਵੇਖੀਏ ਤਾਂ ਉਹ 15ਵੀਂ ਸ਼ਤਾਬਦੀ ਨਹੀਂ ਬਣਦਾ। ਗੁਰੂ ਨਾਨਕ ਜੀ ਦਾ ਅਗਰ ਸਮਾਂ ਆਪਾਂ ਦੇਖਦੇ ਹਾਂ 1469 1539, ਤਾਂ ਇਹ ਜੋ ਸਮਾਂ ਹੈ 15ਵੀਂ ਸਦੀ ਦਾ ਬਣਦਾ ਹੈ। ਫਰੀਦ ਸਾਹਿਬ ਦਾ 1173 1266, ਅਤੇ ਆਹ ਜਿਹੜਾ ਸਮਾਂ ਹੈ ਉਹ ਨਹੀਂ ਬਣਦਾ। ਅਤੇ ਕਿਉਂਕਿ ਫਰੀਦ ਜੀ ਹੈ ਗੁਰੂ ਨਾਨਕ ਜੀ ਤੋਂ, ਜੇ ਆਪਾਂ ਨੂੰ ਡੇਟ ਆਫ ਬਰਥ ਅਗਰ ਨਹੀਂ ਵੀ ਆ ਤਾਂ ਵੀ ਆਪਾਂ ਇੱਕ ਸਮਾਂ ਇਹ ਸਿੰਪਲ ਜਿਹਾ ਸੀਗਾ। ਅਗਰ ਕਿਸੇ ਦਾ ਕਈਆਂ ਦਾ ਇਹ ਪ੍ਰਸ਼ਨ ਗਲਤ ਹੋਇਆ ਬਈ, ਉਹਨਾਂ ਦਾ ਗਲਤ ਨਹੀਂ ਹੋਣਾ ਚਾਹੀਦਾ ਸੀ, ਸਿਰਫ ਉਹਨਾਂ ਨੇ ਇੰਨਾ ਹੀ ਸੋਚਣਾ ਸੀਗਾ ਕਿ ਬਾਬਾ ਫਰੀਦ ਅਤੇ ਗੁਰੂ ਨਾਨਕ ਦੇਵ ਜੀ ਸਮਕਾਲੀ ਨਹੀਂ ਹੈ, ਸਮਕਾਲੀ ਨਹੀਂ ਹੈ, ਤਾਂ ਇਸ ਕਾਰਨ ਆਹ ਉੱਤਰ ਹੋਣ ਦੀ ਸੰਭਾਵਨਾ ਹੈ, ਆਹੀ ਉੱਤਰ ਹੈਗਾ ਹੈ ਬਈ, ਕਿਉਂਕਿ ਇਹ ਸਮਕਾਲੀ ਨਹੀਂ ਗੇ। ਬੜਾ ਹੀ ਛੋਟਾ ਜਿਹਾ ਇਹਦੇ ਪਿੱਛੇ ਲੌਜਿਕ ਸੀ, ਜਿਹਨੂੰ ਨਹੀਂ ਪਤਾ ਸੀ ਤਾਂ ਵੀ ਉਹ ਕਰ ਸਕਦਾ ਸੀ ਵੀ ਫਰੀਦ ਔਰ ਗੁਰੂ ਨਾਨਕ ਜੀ ਸਮਕਾਲੀ ਨਹੀਂ ਹੈ। ਬਾਬਾ ਫਰੀਦ ਬਹੁਤ ਪਹਿਲਾਂ ਹੋਇਆ, ਗੁਰੂ ਨਾਨਕ ਦੇਵ ਜੀ ਬਹੁਤ ਬਾਅਦ 'ਚ ਹੋਇਆ। ਇਹ 15ਵੀਂ ਸ਼ਤਾਬਦੀ ਬਣਦਾ ਹੈ ਅਤੇ ਉਹਨਾਂ ਦਾ ਪਹਿਲਾਂ ਦਾ ਸਮਾਂ ਬਣਦਾ ਹੈ, ਇਹ ਹੋ ਸਕਦਾ ਸੀ। ਅਤੇ ਗੁਰੂ ਅਰਜਨ ਦੇਵ ਜੀ ਦਾਮੋਦਰ ਜੀ ਆ ਸਹੀ ਹੈ ਬਈ 16ਵੀਂ ਸਦੀ, ਬੁੱਲੇ ਸ਼ਾਹ ਅਤੇ ਵਾਰਸ 18ਵੀਂ ਸਦੀ, ਆਸਮ ਅਤੇ ਸ਼ਾਹ ਮੁਹੰਮਦ 19ਵੀਂ ਸਦੀ ਸਮਕਾਲੀ ਹੈ। ਇਸ ਤਰੀਕੇ ਦੇ ਹੋਰ ਵੀ ਅਗਰ ਪ੍ਰਸ਼ਨ ਆਉਂਦੇ ਨੇ ਤਾਂ ਆਪਣੇ ਗਲਤ ਨਹੀਂ ਹੋਣੇ ਚਾਹੀਦੇ। ਅਗਰ ਅਜਿਹੇ ਪ੍ਰਸ਼ਨ ਆਪਣੇ ਗਲਤ ਹੁੰਦੇ ਨੇ, ਜਿੰਨੇ ਵੀ ਆਪਣੇ ਗਲਤ ਹੋਣਗੇ ਉਨੇ ਹੀ ਆਪਾਂ ਮੈਰਿਟ ਤੋਂ ਜਿਹੜਾ ਆਪਣਾ ਸਿਲੈਕਸ਼ਨ ਨੰਬਰ ਹੈ ਉਸ ਤੋਂ ਪਿੱਛੇ ਹਟਦੇ ਜਾਵਾਂਗੇ। ਸੂਚੀ ਇੱਕ ਅਤੇ ਸੂਚੀ ਦੋ, ਇਹ ਇਸ ਕਾਰਨ ਕੁਐਸਚਨ ਪਾਇਆ ਗਿਆ ਸੀ ਭਾਈ ਆਪਾਂ ਨੂੰ ਅਗਰ ਦੋ ਵੀ ਦੋ ਹੈ ਜੋ ਆਪਾਂ ਸਹੀ ਮਿਲਾਨ ਕਰ ਲੈਂਦੇ ਹਾਂ ਤਾਂ ਆਪਣਾ ਉੱਤਰ ਸਹੀ ਹੋਣ ਦੀ ਸੰਭਾਵਨਾ ਰਹਿੰਦੀ ਹੈ। ਆਪਾਂ ਨੂੰ ਇਹ ਚੀਜ਼ ਪਤਾ ਹੈ ਕਿ ਦੋਹੜੇ ਹਾਸ਼ਮ ਦੇ ਹੈ ਬਈ, ਦੋਹੜੇ ਹਾਸਮ ਦੇ ਲਿਖੇ ਹੋਏ ਹੈ, ਇਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਜੇ ਆਪਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਤਾਂ ਵੀ ਆਪਾਂ ਕੀ ਹੈ ਕਿ ਪਹਿਲਾਂ ਆਪਣਾ ਬਣਦਾ ਹੈ ਇੱਥੇ, ਜਿਹੜਾ ਇਸ ਗੱਲ 'ਤੇ ਕਨਫਰਮ ਹੈਗਾ ਹੈ। ਪਰ ਅਗਰ ਕਿਸੇ ਨੂੰ ਆਹ ਨਹੀਂ ਪਤਾ ਫਿਰ ਅਗਲਾ ਜਿਹੜਾ ਉੱਤਰ ਉਹ ਗਜ਼ਲ ਤਾਂ ਅੱਜ ਤੱਕ ਆਪਾਂ ਪੜ੍ਹੀ ਨਹੀਂ ਬਈ, ਗਜ਼ਲ ਤਖਤ ਸਿੰਘ ਦੀ, ਤਖਤ ਸਿੰਘ ਮਸ਼ਹੂਰ ਸੀ ਬਈ ਗਜ਼ਲ ਦੇ ਵਿੱਚ, ਅਤੇ ਜਿਵੇਂ ਹੁਣ ਸੁਰਜੀਤ ਪਾਤਰ ਹੈ ਅਤੇ ਤਖਤ ਸਿੰਘ ਵੀ, ਉਹਨੇ ਵੀ ਗਜ਼ਲਾਂ ਲਿਖੀਆਂ ਮਸ਼ਹੂਰ ਸੀ, ਪਰ ਇਸ ਬਾਰੇ ਆਪਾਂ ਪੜ੍ਹਿਆ ਨਹੀਂ ਤਾਂ ਆਪਾਂ ਨੂੰ ਇਸ ਬਾਰੇ ਕੁਛ ਨਹੀਂ ਪਤਾ, ਅਤੇ ਕੋਈ ਦਿੱਕਤ ਨਹੀਂ ਹੈ। ਨਹੀਂ ਪਤਾ ਆਪਾਂ ਨੂੰ, ਆਪਾਂ ਉਸ ਤੋਂ ਅੱਗੇ ਚੱਲਾਂਗੇ। ਗੀਤ, ਗੀਤ ਹੈ ਸ਼ਿਵ ਕੁਮਾਰ ਬਟਾਲਵੀ ਦਾ, ਬੜੇ ਪਿਆਰੇ ਪਿਆਰੇ ਗੀਤ ਉਹਨੇ ਸ਼ਿਵ ਕੁਮਾਰ ਬਟਾਲਵੀ ਨੇ ਲਿਖੇ ਹੈ, ਬਿਰਹਾ ਦਾ ਸ਼ਾਇਰ, ਬਿਰਹਾ ਬਾਰੇ ਬਹੁਤ ਕੁਝ ਲਿਖਿਆ, ਪਰੰਤੂ ਹਜੇ ਤੱਕ ਆਪਾਂ ਪੜ੍ਹਿਆ ਨਹੀਂ ਤਾਂ ਉਸ ਬਾਰੇ ਵੀ ਆਪਾਂ ਨੂੰ ਆਪਾਂ ਸਹੀ ਚੋਣ ਨਹੀਂ ਕਰ ਸਕਦੇ। ਤਾਂ ਆਪਾਂ ਕੀ ਕਰਾਂਗੇ, ਸੀਰਫੀ 'ਤੇ ਜਾਵਾਂਗੇ ਜਿਹੜੀ ਆਪਣੀ ਪੜ੍ਹੀ ਹੋਈ ਹੈ। ਸੀਰਫੀ ਕਹਿੰਦੀ ਹੈ ਸੁਲਤਾਨ ਬਾਹੂ ਦੀ ਹੈ ਬਈ,
जे इन्हां चो आपां नूं एक भी पता सी, सिर्फ दोहड़े और सिर्फी चो एक भी पता सी, तां आपणा की होणा सी, ए होर सी दे विच टक्कर होणी सीगी। हुण ए होर सी तो आपां इह देखणा सी भाई दोहड़े है ये हाशम दे हो सकदे है क्योंकि ये पुराना बंदा है। शिव कुमार है जिहड़ा इहदा जिहड़ा समां बणदा है आधुनिक कवि का बनता है, तखत सिंह भी आधुनिक कवि बनता है, तो दोहड़े पुराने समय चलिया करते सी। तो इतों एक आप अंदाजा ला सकते कि पुराने समय दोहड़े की गल होया करती सी। अजकल तो बहुत घट जे कवि ने गज़ल लिख रहे हैं, कविता लिख रहे हैं, दोहड़े बहुत घट लिख रहे हैं। तो हासम है जोड़ा अपना बनता सगा कि आप सही तरीके पुज दे, जिन्हों तो पता से उन्हें तो मिनट लाया, जिन्हों नहीं पता से उन्हों थोड़ा विचार करके सही करने की कोशिश करनी चाहिए सी बई। फिर उस तो बाद अगर आप गल करिए कि केहड़ा कर्म सही है, तो कर्म दा विच अगर गल की जाए तो आपां नूं पता होना चाहिए सब तो पहला केहड़ा आऊगा, बाबा फरीद। बाबा फरीद इस आई नहीं। फिर उस तो बाद है जी शाह हुसैन। शाह हुसैन हुण दो च पहले नंबर ते आ रहे, ए ते भी आ रहे, बी ते भी आ रहे, ते आपां गौर करांगे शाह हुसैन ते, ए और बी। उस तो अगे चलांगे, उस तो बाद आंदा सुल्तान बाहू, बी ऑप्शन दे विच सुल्तान बाहू है। फिर उस तो बाद बुल्ले शाह है, फिर उस तो बाद अली हैदर है, तो बी ऑप्शन है जेड़ा बी ऑप्शन वो बिल्कुल सही है भाई। जिन्होंने तो पता सी उन्होंने तो मिंट मारिया, पर अगर आप गल की जाए जेडे शुरू वाले तीन चार विद्यार्थी सन उन्होंने बहुत वधिया पेपर किया है, परंतु जेडे बाद वाले विद्यार्थी ने तैयारी च कमी है बई, थोड़ा वो ध्यान देन। हुण आप गल करते हैं अगले क्वेश्चन ते। पुरश लात ते अनल हक किस काव्यधारा दे संकलन हन, ते भगती काव, किस्सा काव, वार काव, सूफी काव, इन्हां चो की होना चाहिदा सी। जे किसी नूं नहीं भी आंदा सी तां वी उन्हें दिमाग दे विच एक चीज सोचनी सी भाई टेस्ट अपना सूफी काव दा गुरजी लै रहे है, आ सूफी काव होना चाहिदा है। एक सिंपल जा उन्हें दिमाग दे अंदर एक गल पैदा होनी चाहिए सी, सूफी काव दा टेस्ट है भाई सूफी काव। जे नहीं भी आंदा सी तां वी सीधा उनका निशाना सूफी काव ते लगना चाहिए सी। और नहीं तरह की है कि आप पढ़िया होया जिन्हों नहीं आता सी वह भी लगा सकता सी बई इस दे उत्ते, इन्दे विच कोई किंतु परंतु नहीं सी। परंतु फिर भी जिन्हों आता सी उन्हें तो उन्होंने तो पता सी, वह कहिंदा आना लक और आ पुरश लात है जिहड़े सूफी काव नाल संबंधित ने। ते पुरश लात का मतलब होंदा है नरक दा सिरात नां दा पुल, नरक दे विच सिरात नां दा पुल है बई, उत्थों गां नरकां नूं रस्ता जांदा है, इवें करके सूफी कवि है जिहड़े दसदे ने। ते अनल हक है इस दे बारे भी मैं तुहानूं दस्या होया, मैं सच्चा हाँ, मंसूर नूं सूली ते चढ़ाता सी इस नारे दे कारण, मैं अल्लाह हाँ, मैं हक हाँ, मैं सच्चा हाँ, ते आ सूफी काव तो संबंधित है। अगला है पंजाबी सूफी काव अध्ययन दे चिंतक ने। हुण इह क्वेश्चन की सीगा कि इह क्वेश्चन भी अपना सही होना चाहीदा सीगा, किवें सही होना चाहिए सी। मैं बार 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 की कहते हैं कि मैं जो तो सूफी काव धारा करवाई, तुसी भी अपने नोट्स के अंदर पढ़िया होना है कि एक नाम है जोड़ा वो बार बार आ रहा सी, कई नाम बार बार आ रहे थे, जिमें डॉक्टर मोहन सिंह दवाना, दवान सिंह, लाजवंती रामा कृष्णन, प्रोफेसर गुरदेव सिंह, ये नाम बार बार आ रहे सन। तो अपने दिमाग चो नाम होने चाहिए सी भाई, वो नाम किन्दे विच ने। तो आप हम ए ऑप्शन से विचार करते हैं, तो ए ऑप्शन च लाजवंती रामा कृष्णन ते दीवान सिंह ये दो नाम है जेडे कि आपां पता है, और मैं काफ़ी बार लैक्चर देंदे टाइम तुहानू इस बारे चानना भी पाया सीगा, समझाया भी सीगा। तो आप ऑप्शन के उत्ते आप सोचते हाँ भाई आ हो सकता है। फिर दूजी गल करिए कि साधु राम सारदा इन्हें भी विचार रखे है, हरजिंदर सिंह यह बंदा संबंधित नहीं है, ना ही मैं कदे इस बारे जिक्र किया, तो आपां नूं पता लग गया भाई दूजा नंबर ऑप्शन बी ए नहीं हो सकता बई, क्योंकि हरजिंदर सिंह बारे तो गुरजिया ने कदे गल ही नहीं की। फिर उस तो बाद गल करिए आप सूफी काव धारा पढ़ लीए, जोध सिंह, प्यार सिंह, तारण सिंह, इनका नाम आया ही नहीं, जोध सिंह प्यार सिंह का तो नाम आया ही नहीं, तो यह भी नहीं हो सकता। हुण अगर गल करिए जीत सिंह सीतल की, हाँ जीत सिंह सीतल हो सकता है, जीत सिंह सीतल हो सकता है, परंतु गुरचरण सिंह गलब ते मनमोहन सिंह ये बंदे नहीं हो सकते, इन्हों का हजे तक कोई बैरबा आप
नहीं दिता। ते आपां जदों देखदे आं तां इह ऑप्शन है जिहड़ा उस विच आपां नूं दो बंदे है उहनां दा जिक्र काफी बार होया है, तां आपां नूं जिहड़ा इह ऑप्शन है उही चुनना चाहीदा सी बई, इह ऑप्शन ही चुनना चाहीदा सी। जिन्हां दे भी गलत होया थोड़ा जिहा अगर विचार करदे हो सही तरीके नाल तां सही उत्तर कर सकदे सी। तां थोड़ा टाइम दिया करो, सोच के करिया करो, आह प्रश्न कईयां दा गलत होया और नहीं होना चाहीदा सी। उस तो बाद जे आपां गल करिए अगले प्रश्न की, पंजाबी सूफी काव्य च यह लौकिकता है, मतलब इस लोक की जिहड़ी गल कीती है, परलोक ते यह लोक, परलोक उस लोक की गल, यह लोक इस लोक की गल, धरती की गल जिथे आपां रह रहे हैं, इस लोक की गल वो किस करके मिलती है? क्या पंजाबी दियां प्रीत कहानियां का रंग करके? पंजाबी सूफी काव्य के अंदर यही लोकता का रंग है जिहड़ा किस कारण मिल रहा है ज्यादा? अगला इश्क हकीकी करके, देखो इश्क हकीकी च यही लोकता लौकिकता नहीं है, इश्क मजाजी च यही लौकिकता है परंतु इश्क हकीकी च नहीं है। तो बी ऑप्शन तो हो ही नहीं सकता जी। हुण अगे गल करिए तसव्वुफ, तसव्वुफ है जिहड़ा ये भी नहीं हो सकता भाई, क्योंकि इस विच गल की है रहस्यवादी, सूफी रहस्यवादी, इसकी गल की गई है, ये भी नहीं हो सकता। सरीयत, सरीयत दे विच जरूर यह लौकिकता की गल की गई है भाई, परंतु फिर भी शरीयत से अगर आप देखिए उनके परमात्मा का नाम लो, रोजे पढ़ो, नित्रैम करो, ये गल्लां इन विच आंदियां ने, ते ये भी ऑप्शन नहीं हो सकता। हुण ऑप्शन होएगा ए, पंजाबी दी प्रीत कहानियां। पंजाबी सूफी काव्य धारा के अंदर की है कि सब तो वध जिहड़े प्रतीक वरते गए ने, ते मुख प्रतीक जिहड़ा वरतिया गया वह हीर रांझे का वरतिया गया है, होर भी प्रतीक वरते हैं परंतु हीर रांझे का प्रतीक वरतिया है। इश्क हकीकी की गल की है, इतने इश्क हकीकी शब्द आता तां भी वह सही होता, जे वह इश्क हकीकी शब्द नहीं आया है, इश्क मजाजी सच, अगर इश्क मजाजी शब्द आता भाई हकीकी गलत बोलता, इश्क मजाजी शब्द आता, मजाजी शब्द की भी गल की है तो वह सही होना चाहिए सीगा। हुण उन्हें की किया, इश्क मजाजी नहीं लिखता जिस ई लौकिकता की गल हुंदी है, इस लोक दे प्यार की गल हुंदी है, उसकी थान उन्हें शब्द लिखता, जिहड़े शब्दों की वरतों की वह की पंजाब दियां प्रीत कहानियां का रंग करके। हाँ जी, पंजाब दियां प्रीत कहानियां है जिहड़ियां वो यह लौकिकता नाल संबंधित है, वो प्रतीक वरते ने, तो यह ऑप्शन है वो सही है। हुण उस तो अगे गल करिए, सूफी साधना का कहड़ा कर्म सही है? आपां नूं कर्म दसना सी, ते आपां नूं पता है जिहड़े अधिकतर सूफी साधक ने वो की कहिंदे है, सतमां तुहानू मैं आ दसिया भी होया बई, सतमां दसिया सी मैं तुहानू, ये अपना सूफी साधना दे पड़ाव दी गल है, ते उत्थों आपां नूं याद आना चाहिदा सी, सरियत तरीकत मार्फत हकीकत सी नंबर, ते आ लगभग सब ने सही किता होया है, सरियत तरीकत मार्फत ते हकीकत, ये सही है बई। उस तो अगे जे आपां गल करिए, बुल्ले शाह ने किस काव्य रूप च रचना नहीं की? देखो जी, बुल्ले ने की किया है कि दोहड़े भी लिखे है उन्हें, 156 काफियां लिखी हैं, 48 दोहड़े है उनके, 40 गंढा है, 3 सिरफियां है, 1 बारहवां है, ये आपां नूं याद है, ते उस तो आपां अंदाजा लगा लवेंगे, आपां सोच लेंगे भी 18 भी लिखे बुल्ले ने, गंढा भी लिखी है बई, बारहवां भी लिखे है, दोहड़े भी लिखे है, सिरफी भी लिखी है, काफी भी लिखी है, परंतु अलाउणियां नहीं लिखियां, परंतु अलाउणियां ते ड्योडा ए नहीं, ता आ ही उत्तर बनता है बई। उस तो अगे अगर चलिए 10 नंबर प्रश्न ते, सूफिया दियां मुख संपर्दावां हन, मुख संपर्दा केड़ी है सूफिया दी? नक्शबंदी हाँ हैगी है बई, सरियत, सरियत पड़ा है, हुणी आपां गल करके तुरे हाँ, सरियत की है पड़ा है, आ नहीं हो गलत है बई, हकीकत ए भी पड़ा है गलत है, मतलब ए ऑप्शन है जिहड़ा वो गलत है। हुण गल करिए बी दी, हाँ बी दे विच इस्ती हैगा है, सिलसिला है, संपर्दा है, सुहरावर्दी हैगा है जी, कादरी संपर्दा सिलसिला हैगा है, मलामती आ भी है, हाँ भाई आ हो सकता है, बी नंबर ही है, पर आपां सी भी पढ़ांगे भाई, कलंदरी हकीकी, हकीकी फिर वो पड़ा आ गया, नहीं आ नहीं हो सकता। एच थिरकी, जकरिया, असिया, जबरिया, सिया आपां नूं पता लग्या ये सिया सुन्नी जात होंदी है, उन्हां विच सिया सुन्नी च वंडिया होया मुस्लिम, ये नहीं, मतलब बी ऑप्शन है जिहड़ा वो सही है।
ਹੁਣ ਅੱਗੇ ਸੂਫੀ ਕਾਵਿ ਦਾ ਮੁੱਖ ਸਰੋਕਾਰ ਹੈ 11ਵਾਂ ਪ੍ਰਸ਼ਨ। ਮੁੱਖ ਸਰੋਕਾਰ ਕਿੰਦੇ ਨਾਲ ਹੈ ਸੂਫੀ ਕਾਵਿ ਦਾ? ਸਰਾਂ ਦੀ ਪਾਬੰਦੀ, ਹਾਂਜੀ ਸਰਾਂ ਦੀ ਪਾਬੰਦੀ, ਸੂਫੀ ਕਾਵਿ ਦੀ ਸਰਾਂ ਦੀ ਪਾਬੰਦੀ ਵੀ ਹੈ ਹੋਰ ਨੀ ਵੀ, ਦੋਨੋਂ ਚੀਜ਼ਾਂ ਹੈ ਤੇ ਇਹ ਹੋਣ ਦੀ ਘੱਟ ਸੰਭਾਵਨਾ ਹੈ ਕਿਉਂਕਿ ਪਾਬੰਦੀ ਵੀ ਹੈ। ਕਈ ਜਿਹੜੇ ਬੁੱਲਾ ਸੀ ਉਹਨੇ ਸਰਾਂ ਦੀ ਪਾਬੰਦੀਆਂ ਮੰਨੀਆਂ ਨਹੀਂ ਤੇ ਆਹ ਮੁੱਖ ਸਰੋਕਾਰ ਨਹੀਂ ਹੋ ਸਕਦਾ ਜੀ। ਅੱਗੇ ਸਰਾਂ ਤੋਂ ਮੁਕਤੀ, ਸਰਾਂ ਹੈ ਜਿਹੜੀ, ਸਰੀਅਤ ਦੀ ਗੱਲ ਕਰੀਏ, ਸਰੀਅਤ ਹੈ ਪਹਿਲਾ ਪੜਾਅ ਹੈ, ਇਸ ਤੋਂ ਮੁਕਤੀ ਨਹੀਂ, ਨਹੀਂ ਇਹ ਵੀ ਨਹੀਂ ਹੋ ਸਕਦਾ ਇਸ ਤੋਂ ਮੁਕਤੀ ਨਹੀਂ। ਜੇ ਬੁੱਲਾ ਵੀ ਸੀ ਤਾਂ ਉਹਨੇ ਕੀ ਕੀਤਾ ਸੀ? ਸਭ ਤੋਂ ਪਹਿਲਾਂ ਸਰੀਅਤ ਦਾ ਪਾਲਣ ਕੀਤਾ ਸੀ, ਉਸ ਤੋਂ ਬਾਅਦ ਉਹ ਸਰੀਅਤ ਤੋਂ ਮੁਕਤ ਹੋਇਆ ਸੀ, ਇਹ ਵੀ ਮੁੱਖ ਸਰੋਕਾਰ ਨਹੀਂ ਹੋ ਸਕਦਾ। ਅੱਗੇ ਕਰ ਕਰੀਏ, ਸਰਾਂ ਦੀ ਕੱਟੜਤਾ ਦਾ ਵਿਰੋਧ, ਹਾਂਜੀ ਸਰਾਂ ਦੀ ਕੱਟੜਤਾ ਦਾ ਵਿਰੋਧ ਹੈ ਨਾ ਜਿਹੜਾ, ਉਹ ਸਾਹ ਹੁਸੈਨ ਨੇ ਵੀ ਕੀਤਾ, ਸੁਲਤਾਨ ਬਾਹੂ ਨੇ ਕੀਤਾ, ਬੁੱਲੇ ਸ਼ਾਹ ਨੇ ਵੀ ਕੀਤਾ, ਅਧਿਕਤਰ ਜਿਹੜੇ ਸੂਫੀ ਕਵੀ ਮਹਾਨ ਹੋਏ ਉਹਨਾਂ ਨੇ ਸਰੀਅਤ ਦਾ ਔਰ ਸਰੀਅਤ ਦਾ ਪਾਲਣ ਕਰਨ ਵਾਲੇ ਸਰਾਂਵਾਦੀ ਸਰਾਂ ਹੈ ਜਿਹੜੇ, ਉਹਦੀ ਕੱਟੜਤਾ ਦਾ ਵਿਰੋਧ ਕੀਤਾ ਹੈ, ਇਹ ਹੈ ਮੁੱਖ ਸਰੋਕਾਰ। ਜ਼ਿਆਦਾ ਲੋਕਾਂ ਨੇ ਆਹ ਕੰਮ ਕੀਤਾ, ਕੱਟੜਤਾ ਦਾ ਵਿਰੋਧ ਕੀਤਾ, ਨਹੀਂ ਕੱਟੜਤਾ ਨਹੀਂ ਹੋਣਾ ਚਾਹੀਦਾ, ਪਾਖੰਡਵਾਦ ਨਹੀਂ ਹੋਣਾ ਚਾਹੀਦਾ, ਇਹ ਮੁੱਖ ਸਰੋਕਾਰ ਹੈ, ਉਹਨਾਂ ਨੇ ਕੱਟੜਤਾ ਦਾ ਵਿਰੋਧ ਕੀਤਾ। ਸਰਾਂ ਤੋਂ ਉਦਾਸੀਨਤਾ, ਉਦਾਸੀਨਤਾ ਇਹ ਵੀ ਨਹੀਂ ਹੋ ਸਕਦਾ ਬਈ, ਸਰੀਅਤ ਜ਼ਰੂਰੀ ਹੈ। ਅੱਗੇ ਫੱਕਰ ਫੱਕ ਹੈ, ਫੱਕਰ ਜਿਵੇਂ ਲੋਕ ਕਹਿੰਦੇ ਆ ਬਈ, ਜਿਵੇਂ ਆਪਣਾ ਮੋਦੀ ਵੀ ਕਹਿੰਦੇ, ਹਮ ਤੋ ਫਕੀਰ ਹੈ, ਝੋਲਾ ਚੱਕੇਂਗੇ ਉਹ ਟੱਪ ਜਾਏਂਗੇ, ਹਮਾਰਾ ਕਿਆ ਹੈ ਬਈ, ਦੇਸ਼ ਖਾਏਂਗੇ। ਤੇ ਫੱਕਰ ਫੱਕ ਹੈ, ਇਹ ਕੀ ਗੱਲ ਹੈ? ਫੱਕਰ ਲੋਕ, ਮਸ਼ਕੀਨ ਲੋਕ, ਹੁਣ ਕੀ ਇਹ ਫੱਕ ਹੈ? ਖਾਕ ਛਾਣਨਾ ਇਹ ਤਾਂ ਹੋ ਹੀ ਨਹੀਂ ਸਕਦਾ। ਰੱਬੀ ਅਭੇਦਤਾ ਇਹ ਆਪਾਂ ਨੂੰ ਲੱਗ ਸਕਦਾ ਵੀ ਫਕਰ ਫਾਕ ਰੱਬੀ ਅਭੇਦਤਾ ਲੱਗ ਸਕਦਾ ਆਪਾਂ ਨੂੰ, ਦਿਮਾਗ ਚਾਹ ਸਕਦਾ ਹੈ ਜੀ ਗੱਲ, ਪਰ ਆਹ ਆਪਣੇ ਖਾਕ ਛਾਣਨ ਵਾਲਾ ਦਿਮਾਗ ਚਾਹੂਗੇ, ਨਹੀਂ ਇਹ ਨਹੀਂ ਹੋ ਸਕਦਾ। ਮੁਰਸ਼ਦ ਪ੍ਰੇਮ ਨਹੀਂ, ਫਕਰ ਫਾਕ ਮੁਰਸ਼ਦ ਪ੍ਰੇਮ ਵੀ ਨਹੀਂ ਹੋ ਸਕਦਾ, ਇਹ ਆਪਸ਼ਨ ਤਾਂ ਹੋ ਹੀ ਨਹੀਂ ਸਕਦੇ, ਇਹਨਾਂ ਦੋਨਾਂ ਵੀ ਟੱਕਰ ਹੋਣੀ ਚਾਹੀਦੀ ਹੈ ਤੁਹਾਡੇ ਦਿਮਾਗ 'ਚ ਆ ਜਾਣ। ਰੱਬੀ ਅਭੇਦਤਾ ਕਿਸੇ ਦੋ ਦੇ ਵਿੱਚ ਆਪਾਂ ਇੱਥੇ ਪਹੁੰਚ ਜਾਵਾਂਗੇ ਇਸ ਕੁਸ਼ਚਨ 'ਚ, ਬਈ ਦੋ 'ਚੋਂ ਇੱਕ ਹੋਊਗਾ। ਤੇ ਇਸ 'ਚ ਕੀ ਹੈਗਾ? ਮਸਕੀਨੀ, ਬਈ ਮਸਕੀਨ ਹੈ ਬੰਦਾ, ਫੱਕਰ ਹੈ, ਮਸਕੀਨ, ਕਿਸੇ ਚੀਜ਼ ਦੀ ਪਰਵਾਹ ਨਹੀਂ। ਤੇ ਰੋਜ਼ਾਦਾਰੀ, ਰੋਜ਼ੇ ਰੱਖਣ ਵਾਲਾ, ਰੋਜ਼ੇ ਰੱਖਣ ਵਾਲਾ ਬਈ, ਭੁੱਖੇ ਵੀ ਰਹਿ ਸਕਦਾ, ਉਹ ਭੁੱਖਾ ਵੀ ਰਹਿ ਸਕਦਾ ਹੈ। ਤੇ ਉਹ ਫੱਕਰ ਬੰਦੇ ਹੁੰਦੇ ਆ, ਇਹਦੇ ਹੁੰਦੇ ਆ, ਰੋਟੀ ਮਿਲ ਗਈ ਖਾ ਲਈ, ਨਹੀਂ ਤੇ ਨਾ ਸਹੀ। ਮਸਕੀਨ ਹੁੰਦੇ ਆ, ਰੱਬ ਦਾ ਨਾਂ ਲੈ ਲਿਆ, ਜੁੜ ਗਏ, ਨੱਚਦੇ ਰਹੇ, ਇਸ ਤਰੀਕੇ ਨਾਲ ਜਿਹੜਾ ਸੀ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ। ਹੁਣ ਅੱਗੇ ਜੇ ਗੱਲ ਕਰੀਏ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਸ਼ਬਦ ਦਾ ਰਾਗ ਦੱਸੋ। ਜਿਹਨੂੰ ਆਉਂਦਾ ਸੀ ਉਹਨੇ ਕਰਨਾ ਚਾਹੀਦਾ ਸੀ, ਜਿਹਨੂੰ ਨਹੀਂ ਆਉਂਦਾ ਸੀ ਇਹਦੇ ਵਿੱਚ ਕੋਈ ਤੁੱਕਾ ਕੋਈ ਸਮਝ ਕੁਛ ਨਹੀਂ ਚੱਲੇਗਾ। ਜੇ ਤੁਹਾਨੂੰ ਆਉਂਦਾ ਹੈ ਤਾਂ ਕਰੋ, ਜੇ ਨਹੀਂ ਆਉਂਦਾ ਤੇ ਛੱਡ ਦਿਓ ਬਈਆ, ਇਹ ਜੇ ਕੁਸ਼ਚਨ ਨਾਲ ਪੰਗੇ ਲਓਗੇ ਤਾਂ ਗਲਤ ਹੋ ਜਾਏਗਾ। ਅੱਗੇ 14 ਨੰਬਰ, ਫਰੀਦ ਦੀ ਸਮੁੱਚੀ ਬਾਣੀ ਨੂੰ ਸੇਖ ਫਰੀਦ ਤੇ ਸੇਖ ਬ੍ਰਹਮ ਦੀ ਰਲੀ ਮਲੀ ਕਹਿਣ ਵਾਲਿਆਂ ਦਾ ਸਹੀ ਜੁੱਟ ਹੈ। ਆਹ ਵੀ ਤੁਹਾਨੂੰ ਅਗਰ ਪਤਾ ਹੈ ਤਾਂ ਤੁਸੀਂ ਲਗਾ ਸਕਦੇ ਹੋ, ਜੇ ਤੁਹਾਨੂੰ ਨਹੀਂ ਪਤਾ ਤਾਂ ਤੁੱਕਾ ਇਹਦੇ ਵਿੱਚ ਨਹੀਂ ਚੱਲੇਗਾ ਬਈ। ਇਹ ਮੈਂ ਤੁਹਾਨੂੰ ਦੱਸਿਆ ਹੋਇਆ ਸੀਗਾ, ਆਪਸ਼ਨ ਡੀ, ਪਿਆਰਾ ਸਿੰਘ ਭੋਗਲ, ਤੇਜਾ ਸਿੰਘ, ਸੁਰਿੰਦਰ ਸਿੰਘ ਕੋਹਲੀ, ਆ ਬਈ। ਫਿਰ ਅੱਗੇ ਆਪਾਂ ਗੱਲ ਕਰੀਏ ਜੇ, ਸਾਹ ਹੁਸੈਨ ਦੀਆਂ ਕਿੰਨੀਆਂ ਕਾਫੀਆਂ ਹੈ ਬਈ, ਸਾਹ ਹੁਸੈਨ ਦੀ ਕਾਫੀਆਂ ਕਿੰਨੀਆਂ ਰਾਗਾਂ 'ਚ ਹੈ, ਰਾਗਾਂ ਦੱਸਣੀਆਂ ਸੀ ਬਈ। ਤੇ ਜੇ ਤੁਹਾਨੂੰ ਪਤਾ ਹੈ ਤਾਂ ਠੀਕ ਹੈ, ਨਹੀਂ ਪਤਾ ਤਾਂ ਬਈ ਛੱਡਣਾ ਪਊਗਾ, 35 ਰਾਗਾਂ 'ਚ ਹੈ, ਇਹਦੇ ਵਿੱਚ ਕੋਈ ਸਮਝ ਨਹੀਂ ਚੱਲੇਗੀ। ਇਹ ਜੇ ਕੁਸ਼ਚਨ ਆਉਂਦੇ ਆ ਤਾਂ ਕਰ ਦਿਓ, ਨਹੀਂ ਆਉਂਦੇ ਤਾਂ ਛੱਡ ਦਿਓ। ਅੱਗੇ 16 ਨੰਬਰ, 16 ਨੰਬਰ 'ਚ ਕੀ ਹੈ? ਦੁੱਲਾ ਪੱਟੀ ਦਾ ਸੰਬੰਧ ਕਿਸ ਸੂਫੀ ਨਾਲ ਹੈ ਬਈ, ਕਿਸ ਸੂਫੀ ਨਾਲ ਦੁੱਲਾ ਪੱਟੀ ਦਾ ਸੰਬੰਧ ਹੈ? ਤਾਂ ਇਹ ਚੀਜ਼ ਤੁਸੀਂ ਥੋੜ੍ਹਾ, ਅਗਰ ਜੇ ਦੁੱਲਾ ਪੱਟੀ ਦਾ ਸਮਾਂ ਅਗਰ ਤੁਹਾਨੂੰ ਪਤਾ ਹੈ ਤਾਂ ਤੁਸੀਂ ਕੁਛ ਕਰ ਸਕਦੇ ਹੋ ਬਈ। ਜੇ ਤਾਂ ਤੁਹਾਨੂੰ ਯਾਦ ਹੈ ਤੁਸੀਂ ਸਿੱਧਾ ਲਗਾ ਦੋਗੇ, ਔਰ ਜੇ ਯਾਦ ਨਹੀਂ ਗਾ ਤੇ ਫਿਰ ਦੁੱਲਾ ਪੱਟੀ ਦਾ ਜਿਹੜਾ ਸਮਾਂ ਹੈ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਉਹ ਅਕਬਰ ਦਾ ਸਮਕਾਲੀ ਸੀਗਾ ਬਈ, ਦੁੱਲਾ ਪੱਟੀ ਅਕਬਰ ਦੇ ਨਾਲ ਉਹਦੀ ਖਹਿਬਾਜੀ ਰਹਿੰਦੀ ਸੀਗੀ, ਕਿਉਂਕਿ 9ਵੀਂ ਕਲਾਸ ਦੇ ਅੰਦਰ ਦੁੱਲਾ ਪੱਟੀ ਵਾਲੀ ਦਿੱਤੀ ਹੋਈ ਹੈ ਬਈ, ਉਹਦੇ ਬਾਰੇ ਦੱਸਿਆ ਹੋਇਆ। ਤਾਂ ਦੁੱਲਾ ਪੱਟੀ ਦਾ ਸੰਬੰਧ ਕੀ ਹੈ ਆਪਾਂ ਨੂੰ ਪਤਾ ਲੱਗ ਜਾਏਗਾ, ਅਕਬਰ ਦੇ ਨਾਲ ਹੈ, ਵੈਸੇ ਵੀ ਆਪਾਂ ਸੁਣਿਆ ਹੋਇਆ ਅਕਬਰ ਦੇ ਨਾਲ ਹੈ, ਤਾਂ ਆਪਾਂ ਨੂੰ ਅਕਬਰ ਦਾ ਸਮਕਾਲੀ ਬੰਦਾ ਛਾਂਟਣਾ ਪਊਗਾ, ਅਕਬਰ ਦਾ ਸਮਕਾਲੀ ਬੰਦਾ। ਇਸ ਤਰੀਕੇ ਨਾਲ ਆਪਾਂ ਕੱਢ ਸਕਦੇ ਹਾਂ, ਅਕਬਰ ਦਾ ਸਮਕਾਲੀ ਕੋਲ ਸੀ ਬਾਹੂ ਨਹੀਂ ਸੀ ਬਈ,
ਬੁੱਲਾ ਵੀ ਨਹੀਂ ਸੀ, ਸ਼ਾਹ ਹੁਸੈਨ ਜਿਹੜਾ ਸੀਗਾ ਉਹ ਅਕਬਰ ਦਾ ਸਮਕਾਲੀ ਸੀਗਾ, ਤੇ ਆ ਹੋ ਸਕਦਾ ਹੈ ਸ਼ਾਹ ਹੁਸੈਨ ਹੋ ਸਕਦਾ ਹੈ। ਇਸ ਤਰੀਕੇ ਨਾਲ ਜੇ ਤੁਹਾਨੂੰ ਦੁੱਲਾ ਭੱਟੀ ਦਾ ਸਮਾਂ ਪਤਾ ਹੈ ਤਾਂ ਉਹਦੇ ਸਮਕਾਲੀ ਦਾ ਸਮਾਂ ਤੁਸੀਂ ਕੱਢ ਲਓ, ਔਰ ਕਿਸ ਨਾਲ ਜੁੜਦਾ ਹੈ ਫਿਰ ਉਸ ਨਾਲ ਆਪਾਂ ਅੰਦਾਜ਼ਾ ਹੈ ਜਿਹੜਾ ਉਹ ਐਵੇਂ ਵੀ ਲਗਾ ਸਕਦੇ ਹਾਂ। ਜੇ ਤੁਹਾਨੂੰ ਪਤਾ ਸੀ ਸ਼ਾਹ ਹੁਸੈਨ ਕੋਈ ਦਿੱਕਤ ਨਹੀਂ, ਨਹੀਂ ਪਤਾ ਤੇ ਸਮਕਾਲੀ ਅਗਰ ਇੱਕ ਤੋਂ ਜ਼ਿਆਦਾ ਹੋਣ ਤਾਂ ਫਿਰ ਉਹ ਆਪਣੇ ਦੋ ਆਪਸ਼ਨ ਆ ਜਾਣਗੇ, ਦੋਵਾਂ ਚੋਂ ਆਪਾਂ ਨੂੰ ਇੱਕ ਲਾਉਣਾ ਪਊਗਾ। ਫਿਰ ਉਸ ਤੋਂ ਬਾਅਦ 17 ਨੰਬਰ, ਵਜੀਦ ਨੇ ਸ਼ਬਦ ਕਿਹੜੀ ਰਾਗਾਂ 'ਚ ਲਿਖੇ ਹੈ? ਜੇ ਤਾਂ ਤੁਹਾਨੂੰ ਆਉਂਦਾ ਤਾਂ ਠੀਕ ਹੈ ਬਈ, ਜੇ ਨਹੀਂ ਆਉਂਦਾ ਤਾਂ ਕੋਈ ਤਰਲੇ ਤੋੜਨ ਦਾ ਫਾਇਦਾ ਨਹੀਂ ਹੈ, ਕੁਛ ਵੀ ਨਹੀਂ ਹੈ। ਸੀ ਆਪਸ਼ਨ ਕਾਫੀ ਤਿਲੰਗ ਤੇ ਬਿਲਾਵਲ, ਜੇ ਆਉਂਦਾ ਤਾਂ ਕਰ ਦਿਓ, ਨਹੀਂ ਆਉਂਦਾ ਤਾਂ ਛੱਡ ਦਿਓ। ਅੱਗੇ, ਰਹੀ ਹੋਵੇ ਨਾਲ ਸਜਣ ਦੇ, ਰਹੀ ਹੋਵੇ ਲੱਖ ਲੱਖ ਤਾਨੇ, ਸਿਰ ਮੱਥੇ ਤੇ ਸਹੀ ਹੋਵੇ, ਸਿਰ ਤੇ ਸਹੀ ਹੋਵੇ, ਐਵੇਂ ਕਰਕੇ ਹੈਗਾ। ਜੇ ਅਗਰ ਤੁਸੀਂ ਇਹ ਕਾਫੀ ਪੜ੍ਹੀ ਹੋਊਗੀ ਤਾਂ ਤੁਹਾਨੂੰ ਜ਼ਰੂਰ ਪਤਾ ਹੋਵੇਗਾ, ਇਹ ਹੈਗੀ ਹੈ ਆਪਣੇ ਬੋਰਡ ਦੀ ਕਿਤਾਬਾਂ ਦੇ ਅੰਦਰ ਤੁਹਾਨੂੰ ਮਿਲ ਜਾਏਗੀ। ਤਾਂ ਜਦੋਂ ਆਪਾਂ ਨੂੰ ਅਗਲੀ ਤੁੱਕ ਅਗਰ ਆਪਾਂ ਨੂੰ ਪਤਾ, ਰਹੀ ਹੋਵੇ ਸਜਣ ਦੇ ਨਾਲ, ਰਹੀ ਹੋਵੇ ਨਾਲ ਸਜਣ ਦੇ, ਰਹੀ ਹੋਵੇ ਸੋ ਸੋ ਤਾਨਾ ਤੇ ਲੱਖ ਲੱਖ ਮਿੰਨਤਾਂ, ਇੱਥੇ ਗੱਲ ਕੀਤੀ ਹੈ ਤਾਨੇ ਸਹਿਣ ਦੀ, ਤਾਨੇ ਸਹਿਣ ਦੀ ਗੱਲ ਕੀਤੀ ਹੈ, ਮਤਲਬ ਬਰਦਾਸ਼ਤ ਕਰਕੇ, ਕੀ ਕਰਕੇ ਬਰਦਾ, ਅਗਲੀ ਤੁੱਕ ਅਗਰ ਤੁਹਾਨੂੰ ਯਾਦ ਹੈ ਤਾਂ ਇਹ ਹੋ ਸਕਦਾ ਬਈ ਬਰਦਾਸ਼ਤ ਕਰਕੇ। ਕਿਹੜੇ ਗੁਣ ਧਾਰਨ ਕਰਨ ਨਾਲ ਕੀ ਹੈ? ਬਰਦਾਸ਼ਤ ਦਾ ਅਗਰ ਗੁਣ ਹੈ ਤਾਂ ਤੁਸੀਂ ਰਹਿ ਸਕਦੇ ਹੋ ਆਪਣੇ ਸੱਜਣ ਦੇ ਨਾਲ, ਜੇ ਬਰਦਾਸ਼ਤ ਦਾ ਗੁਣ ਨਹੀਂ ਤਾਂ ਫਿਰ ਮੁਸ਼ਕਲ ਹੈ। ਫਿਰ ਪਿਓ ਪੁੱਤਰਾਂ ਇਤਫਾਕ ਨਕਾਈ, ਇਤਫਾਕ ਤੋਂ ਭਾਵ ਹੈ ਬਈ ਬਈ ਇਤਫਾਕ, ਤੇ ਇਸ ਵਿੱਚ ਮੁਲਾਕਾਤ ਤਾਂ ਹੋ ਹੀ ਨਹੀਂ ਸਕਦਾ ਬਈ, ਅਚਨਚੇਤ ਇੱਕਦਮ ਹੀ ਕਿਸੇ ਨਾਲ ਮਿਲ ਜਾਣਾ, ਇਸਦਾ ਆਪਾਂ ਸੋਚ ਸਕਦੇ ਹਾਂ। ਅਗਰ ਪੂਰੇ ਦਾ ਪੂਰਾ ਅਗਰ ਆਪਾਂ ਅਰਥ ਕਰੀਏ ਪਿਓ ਪੁੱਤਰਾ ਇਤਫਾਕ ਨਾ ਕਹੀ, ਤਾਂ ਇਹ ਬਣੂਗਾ ਪਿਓ ਪੁੱਤਰਾਂ 'ਚ ਵਿਸ਼ਵਾਸ ਨਹੀਂ ਗਾ। ਹੁਣ ਜੇ ਇਤਫਾਕ ਦਾ ਅਗਰ ਤੁਹਾਨੂੰ ਅਰਥ ਨਹੀਂ ਪਤਾ ਤੇ ਤੁਸੀਂ ਕੀ ਕਰੋਗੇ ਕਿ ਕੋਸ਼ਿਸ਼ ਕਰੋਗੇ ਉਸ ਪੂਰੀ ਤੁੱਕ ਨੂੰ ਪੜਨ ਦੀ, ਪੂਰੀ ਤੁੱਕ ਨੂੰ ਪੜਨ ਦੀ ਕੋਸ਼ਿਸ਼ ਕਰੋਗੇ। ਜੇ ਤਾਂ ਪਤਾ ਹੈ ਤੁਹਾਨੂੰ ਬਈ ਇਤਫਾਕ ਵਿਸ਼ਵਾਸ ਹੈਗਾ, ਫਿਰ ਤਾਂ ਤੁਸੀਂ ਸਿੱਧਾ ਹੀ ਇਤਫਾਕ ਵਿਸ਼ਵਾਸ ਹੈ, ਕੁਛ ਸੋਚਣ ਦੀ ਲੋੜ ਨਹੀਂ ਹੈ। ਪਰੰਤੂ ਜਦੋਂ ਭਾਵ ਵਾਲੇ ਪ੍ਰਸ਼ਨ ਆਉਂਦੇ ਹੈ, ਆਪਾਂ ਪੜ੍ਹਿਆ ਹੁੰਦਾ ਤਾਂ ਆਪਾਂ ਨੂੰ ਕੀ ਕਰਨਾ ਹੈ ਕਿ ਬਾਰ ਬਾਰ ਉਸ ਤੁੱਕ ਨੂੰ ਪੜ੍ਹਨਾ ਹੈ, ਪਿਓ ਪੁੱਤਰਾਂ 'ਚ ਇਤਫਾਕ ਨਾ ਕਾਈ, ਪਿਓ ਪੁੱਤਰਾਂ 'ਚ ਇਤਫਾਕ ਨਾ ਕਾਈ, ਪਿਓ ਪੁੱਤਰਾਂ ਇਤਫਾਕ ਨਾ ਕਾਈ। ਜਦੋਂ ਆਪਾਂ ਪੜ੍ਹਾਂਗੇ ਤਾਂ ਇਹਨਾਂ 'ਚ ਵਿਸ਼ਵਾਸ ਨਹੀਂ ਹੈ, ਤਾਂ ਵਿਸ਼ਵਾਸ ਆਪਣੇ 'ਤੇ ਆ ਜਾਏਗਾ ਬਈ। ਬਾਬਾ ਵਜੀਦ ਦੀ ਰਚਨਾ ਹੈ ਬਈ, ਅਗਰ ਤੁਹਾਨੂੰ 40 ਸਲੋਕ ਤੇ 2 ਸ਼ਬਦ ਵੀ ਅਗਰ ਪਤਾ, 2 ਸ਼ਬਦ ਤੇ 40 ਸਲੋਕ, ਤਾਂ ਵੀ ਆਪਣਾ ਸੀ ਆਪਸ਼ਨ ਸਹੀ ਹੋ ਸਕਦਾ ਸੀ। 2 ਸ਼ਬਦ, 40 ਸਲੋਕ, 33 ਤੂਤੀ, 1 ਦੋਹਰਾ, 1 ਮਾਝ, ਜੇ ਇੰਨਾ ਵੀ ਪਤਾ ਸੀ ਤਾਂ ਵੀ ਆਪਣਾ ਸੀ ਆਪਸ਼ਨ ਲੱਗ ਸਕਦਾ ਸੀ। ਮੂਰਖਨਾਮਾ ਕਿਸ ਦੀ ਰਚਨਾ ਹੈ? ਜੇ ਪਤਾ ਹੈ ਤਾਂ ਠੀਕ ਹੈ, ਨਹੀਂ ਤਾਂ ਛੱਡ ਦਿਓ ਬਈ, ਜੇ ਆਉਂਦਾ ਹੈ ਤਾਂ ਠੀਕ ਹੈ, ਨਹੀਂ ਤਾਂ ਕੋਈ ਫਾਇਦਾ ਨਹੀਂ ਨੈਗੇਟਿਵ ਮਾਰਕਿੰਗ ਜਾਣ ਦਾ। ਦਾਨਾ ਸੂਤਰਨਾਮਾ ਰਚਨਾ ਹੈ? ਜੇ ਪਤਾ ਹੈ ਤਾਂ ਠੀਕ ਹੈ, ਨਹੀਂ ਤਾਂ ਰਵੱਈਆ ਛੱਡਣਾ ਪਵੇਗਾ, ਪਰ ਆਪਾਂ ਸਭ ਨੂੰ ਪਤਾ ਹੀ ਸੀਗਾ। ਸਾਹ ਸਰਬ ਬਟਾਲਵੀ, ਬੁੱਲੇ ਸ਼ਾਹ ਨੇ ਅਠਵਾਰੇ 'ਚ ਕਿਹੜੇ ਦਿਨ ਦਾ ਦੌਰਾ ਕੀਤਾ ਹੈ? ਕਿਹੜੇ ਦਿਨ ਦਾ ਦੌਰਾ ਕੀਤਾ ਹੈ ਬਈ? ਜੁੰਮੇ ਦਾ ਬਈ, ਜੁੰਮੇ ਦਾ। ਜੇ ਪਤਾ ਹੈ ਤਾਂ ਠੀਕ ਹੈ, ਨਹੀਂ ਤਾਂ ਛੱਡਣਾ ਪਵੇਗਾ, ਪੰਗੇ ਨਹੀਂ ਲੈਣੇ, ਪ੍ਰਸ਼ਨ ਨਾ ਲੈਣਾ ਜੀ। ਬੁੱਲੇ ਸ਼ਾਹ ਦੇ ਦੋਹੜਿਆਂ ਦਾ ਮੁੱਖ ਵਿਸ਼ਾ ਹੈ, ਦੋਹੜਿਆਂ ਦਾ ਮੁੱਖ ਵਿਸ਼ਾ ਕੀ ਹੈ? ਹੁਣ ਇਹ ਧਿਆਨ ਰੱਖਣਾ ਸੀਗਾ ਤੁਸੀਂ, ਦੇਖੋ ਮੈਂ ਤਾਂ ਆਪਾਂ ਨੂੰ ਮੁੱਖ ਵਿਸ਼ਾ ਮੈਂ ਤੁਹਾਨੂੰ ਦੱਸਿਆ ਸਾਰਿਆਂ ਦੇ, ਤਾਂ ਮੁੱਖ ਵਿਸ਼ੇ ਦੱਸੇ ਸੀ ਇਸ਼ਕ, ਬਿਰਹਾ ਤੇ ਖੰਡਨ। ਬਈਆ ਨਾਸਾਵਾਨਤਾ ਤਾਂ ਕਿਸੇ ਦਾ ਵਿਸ਼ਾ ਹੈ ਹੀ ਨਹੀਂ ਸੀ, ਇਹਨੂੰ ਕੱਟ ਦਿਓ, ਹੁਣ 3 ਰਹਿ ਗਏ। ਇਹਨਾਂ ਤਿੰਨਾਂ ਵਿੱਚੋਂ ਆਪਾਂ ਵਿਚਾਰ ਕਰਨਾ ਸੀ ਬਈ, ਵਿਚਾਰ ਕਰਨਾ ਸੀ ਇਹਨਾਂ ਤਿੰਨਾਂ 'ਚੋਂ ਆਪਾਂ ਨੂੰ। ਦੋਹੜਿਆਂ ਦਾ ਵਿਸ਼ਾ ਕੀ ਹੈ? ਗੰਢਾਂ ਦਾ, ਉਹਨਾਂ ਸਭ ਦਾ ਵਿਸ਼ਾ ਆਪਾਂ ਨੂੰ ਪਤਾ ਹੈ ਬਈ, ਉਹਨੇ ਬਿਰਹਾ ਦੀ ਗੱਲ ਕੀਤੀ ਹੈ, ਪਰੰਤੂ ਦੋਹੜਿਆਂ 'ਚ ਗੱਲ ਕੀਤੀ ਹੈ ਆਡੰਬਰਾਂ ਦੇ ਖੰਡਨ ਦੀ, ਆਡੰਬਰਾਂ ਦਾ ਖੰਡਨ ਇਸ ਵਿੱਚ ਹੋਵੇਗਾ। ਫਿਰ ਉਸ ਤੋਂ ਬਾਅਦ ਬੁੱਲੇ ਦੀ ਸਿਰਫੀ ਕਿਹੜੇ ਅੱਖਰ ਤੋਂ ਸ਼ੁਰੂ ਹੁੰਦੀ ਹੈ ਬਈ? ਜੇ ਪਤਾ ਹੈ ਤਾਂ ਠੀਕ ਹੈ, ਨਹੀਂ ਤਾਂ ਛੱਡ ਦਿਓ ਬਈਆ, ਏ ਨੰਬਰ। ਹਮਾ ਉਸਤ, ਹਮਾ ਉਸਤ ਕੀ ਹੈ? ਹਮਾ ਉਸਤ, ਹਮਾ ਉਸਤ ਇੱਕ ਦੋ ਵਾਰ ਪੜ੍ਹ ਕੇ ਦੇਖਣਾ ਬਈ। ਹਮਾ ਉਸਤ ਸਭ ਜਗ੍ਹਾ ਉਹ ਰੱਬ, ਹਮਾ ਉਸਤ ਇੱਧਰ ਉੱਧਰ, ਉਸ 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 ਉਸ, ਸਾਰਿਆਂ 'ਚ ਰੱਬ, ਸਾਰਿਆਂ 'ਚ ਰੱਬ, ਹਰ ਜਗ੍ਹਾ ਰੱਬ। ਰੱਬੀ ਸਰਬ ਵਿਆਪਕਤਾ, ਰੱਬੀ ਸਰਬ ਵਿਆਪਕਤਾ ਬਣਦਾ ਹੈ ਬਈ ਇਹਦਾ ਅਰਥ। ਹਰਨਾਮ ਸਿੰਘ ਸਾਹਿਬ ਤੇ ਕਾਲਾ ਸਿੰਘ ਬੇਦੀ ਅਨੁਸਾਰ ਸ਼ਾਹ ਹੁਸੈਨ ਕਿਹੜੇ ਪੜਾਅ ਦਾ ਕਵੀ ਹੈ? ਜੇ ਤੁਹਾਨੂੰ ਪਤਾ ਹੈ ਠੀਕ ਹੈ, ਨਹੀਂ ਤਾਂ ਬਈ ਛੱਡਣਾ ਪਵੇਗਾ, ਵਰਨਾ ਇੱਕ ਕਹਿੰਦੇ 'ਚ ਆਪਾਂ ਸੋਚ ਹੋਰ ਕਰ ਸਕਦੇ ਹਾਂ ਕਿ ਦੇਖੋ ਤੀਜਾ ਤੇ ਚੌਥੇ ਪੜਾਅ ਤਾਂ ਗੱਲ ਹੋਈ ਨਹੀਂ ਕਦੇ,
तीजे और चौथे पड़ाव दी तां बहुत घट लोग है। तीजे चौथे पड़ाई तो कोई भी नहीं, तीजे पड़ाव का कोई एक अद्धा कोई निकल आवे तो एक अड्ड गल है। पेच इन्हों दोनों च फसया होया सी पहले तो दूजे च, हुण आप रिस्क ले सकते हैं 50-50 च भाई किंदा लगाना है। ऐसे विच की है पहले पड़ाव का दसिया सी भाई, अगे 50-50 वाले तो सारे प्रश्न ही आपां नू कर देने चाहिए है भाई। हासम की समुची रचना का धुरा है, समुची रचना का धुरा हासम की समुची रचना का धुरा की है? अगर देखा जाए तो हासम ने किस्से भी बड़े लिखे है भाई, बड़े किस्से लिखे हैं इन्हें, प्रणान के नाल दोहड़े भी लिखे हैं इन्हें। ज्यादा इन्हें की किया कि किस्सा लिखे है, परंतु इनकी पलाय पलाय किस्सा लिख रहे हैं कुछ भी लिख रहे हैं, पर इन्हें इश्क मजाजी की गल ज्यादा की है, इश्क मजाजी की गल ज्यादा की है, इत्थे की गल ज्यादा की इश्क मजाजी की। तो हुण जदों इश्क मजाजी का अपने दिमाग के आ गया तो तसव्वुफ तो हो ही नहीं सकता, ना ही रब्बी एकता हो। मुर्शद प्रेम बारे तो इन्हें गल की नहीं, बनता है आदर्शक प्रेम भैया, डी बनता इनका उत्तर। हासम की समुची रचना च आदर्श प्रेम छाया होया है, भावें वह सूफी अनुभव की गल करता है उत्थे भी आदर्श प्रेम की गल की है, भावें उन्हें सस्सी पुन्नू लिखे है उत्थे भी आदर्श प्रेम की गल की है, भावें उन्हें सोहनी मेवाल लिखे है हीर रांझा लिखे है उत्थे भी आदर्शक प्रेम की गल की है। उनकी समुची रचना का धुरा ही आदर्शक प्रेम है। हासम के दोहड़े ते ड्योड्या की शैली है भाई, हासम की शैली ही संखेप है जी, हासम की शैली की है, संखेप शैली का कवि है हासम। पैस की होगी संखेप शैली भाई, जदों सस्सी की शैली संखेप है, हीर रांझे की बिरती की शैली संखेप है, सोहनी महिवाल की शैली संखेप है, यह तो संखेप शैली का कवि है। अगे कोई भी जावे ना भाई, इस तो बाद क्लास लावांगे, आप क्लास लगावांगे, हासम शाह का अगला पार्ट करावांगे। अपने आज उल्फत ना ही काफी च उल्फत शब्द वरत्या गया है, उल्फत की है भाई, उल्फत अपने आज उल्फत ना ही, ते आपां नूं की करना है अपने आज उलझण नहीं। इस तो अगली लाइन कर याद है, अपने आज उल्फत नहीं काहे चाचे ताए, फिर भी आपां इहदा अर्थ कर सकते सी भाई, कहिंदे चाचे ताए अपने आज उल्फत नहीं गी, फिर भी आपां की कर सकते सी कि कर सकते सी उल्फत प्यार, अपने आज कोई भी प्यार नहीं है भाई, अपने आज प्यार नहीं है, उलझना तो हो ही नहीं सकता, समा नहीं है, यह तो बनता ही नहीं गा, विश्वास या प्यार दे फिर भी आप थोड़े बहुत हो सकते सी। तो आप की है कि अगर गल की जाए तो इतने की होगा प्यार भाई, अपने विच प्यार नहीं है। इस तरीके आपको करना सी भाई, चार पांच जवाक है जेडे उन्होंने वधिया तरीके पेपर किया है, ते बाकी जेडे है पिछली बार दो तीन सी, एक बार चार पांच से अपना पहुंचे है भाई, सुधार हो रहा है जी, कोई गल नहीं है भाई, सुधार ना हो रहा हो सुधार हो रहा है।